ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਗੌਰਵਜੀਤ। ਇਸ ਵੀਡੀਓ ਵਿੱਚ ਆਪਾਂ ਦੇਖ ਰਹੇ ਹਾਂ ਬਈ ਤੇਲੇ ਦਾ ਹਮਲਾ ਫੇਰ ਹੋ ਚੁੱਕਿਆ। ਹਾਲਾਂਕਿ ਇਹ ਮੰਨਿਆ ਜਾ ਰਿਹਾ ਸੀ ਵੀ ਕਿਉਂਕਿ ਜਿਹੜਾ ਤਾਪਮਾਨ ਆ ਉਹ ਕਾਫੀ ਉੱਪਰ ਚੱਲ ਰਿਹਾ, ਅਤੇ ਇਸ ਕਰਕੇ ਤੇਲੇ ਦਾ ਹਮਲਾ ਜਿਹੜਾ ਉਹ ਸ਼ਾਇਦ ਨਾ ਹੋਵੇ। ਪਰ ਜਿੱਥੇ ਝੋਨਾ ਸੰਘਣਾ ਜਾਂ ਜਿੱਥੇ ਯੂਰੀਆ ਵੱਧ ਪਾਇਆ ਜਾਂ ਜਿਹੜੀਆਂ ਲੰਮੇ ਸਮੇਂ ਵਾਲੀਆਂ ਕਿਸਮਾਂ ਨੇ ਉਹਨਾਂ ਦੇ ਵਿੱਚ, ਅਤੇ ਖਾਸ ਕਰਕੇ ਜਿੱਥੇ ਛਾਂ ਰਹਿੰਦੀ ਹੈ ਜਿਵੇਂ ਸਾਡੇ ਖੇਤ ਦੇ ਨਾਲ ਨਾਲ ਨਹਿਰ ਜਾਂਦੀ ਹੈ ਅਤੇ ਕਾਫੀ ਰਕਬਾ ਆਪਣਾ ਨਹਿਰ ਦੇ ਨਾਲ ਲੱਗਦਾ, ਜਿਸ ਕਰਕੇ ਉੱਥੇ ਛਾਂ ਸਫੈਦਿਆਂ ਦੀ ਦੂਰ ਤੱਕ ਆ ਜਾਂਦੀ ਹੈ, ਜਿਹਦੇ ਕਰਕੇ ਤਾਪਮਾਨ ਤੇਲੇ ਦੇ ਅਨੁਕੂਲ ਹੋ ਗਿਆ। ਅਤੇ ਇਹਦੇ ਨਾਲ ਹੀ ਪਾਣੀ ਕਿਉਂਕਿ ਇਸ ਸਟੇਜ ਦੇ ਵਿੱਚ ਕਾਫੀ ਲਾਜ਼ਮੀ ਹੁੰਦਾ, ਖਾਸ ਕਰ ਜਦੋਂ ਪਰਾਗਣ ਅਤੇ ਨਿਸ਼ੇਚਨ ਕਿਰਿਆਵਾਂ ਹੋ ਰਹੀਆਂ ਹੋਣ। ਅਤੇ ਇਹਦੇ ਨਾਲ ਹੀ ਮੌਸਮ ਨੇ ਵੀ ਕਰਵਟ ਲਈ ਆ ਪਿਛਲੇ 2 ਦਿਨਾਂ ਤੋਂ, ਕੁਝ ਸਥਾਨਾਂ 'ਤੇ ਹਲਕੀ ਫੁਲਕੀ ਵਰਖਾ ਵੀ ਹੋਈ ਆ, ਸਾਡੇ ਵੀ ਵਰਖਾ ਹੋ ਕੇ ਹਟੀ ਆ ਕੱਲ੍ਹ ਵੀ, ਅਤੇ ਥੋੜ੍ਹੀ ਜਿਹੀ ਅੱਜ ਵੀ ਬਾਰਿਸ਼ ਹੋਈ ਹੈ ਹਲਕੀ ਜੀ। ਅਤੇ ਇਹ ਸਾਰੇ ਜਿਹੜੇ ਫੈਕਟਰਸ ਨੇ ਇਹਨਾਂ ਕਰਕੇ ਜਿਹੜਾ ਵਾਤਾਵਰਨ ਹੈ ਉਹ ਤੇਲੇ ਦੇ ਕਾਫੀ ਅਨੁਕੂਲ ਹੋ ਗਿਆ, ਅਤੇ ਇਸ ਕਰਕੇ ਤੇਲਾ ਪੈ ਵੀ ਚੁੱਕਿਆ। ਤਾਂ ਹੁਣ ਗੱਲ ਆਉਂਦੀ ਹੈ ਵੀ ਸਪਰੇਅ ਕਰੀਏ ਕਿ ਨਾ ਕਰੀਏ। ਸਿੱਧਾ ਜਿਹਾ ਕਨਸੈਪਟ ਹੈ ਬਈ ਜਿੱਥੇ ਆਪਣੀਆਂ ਮੁੰਜਰਾਂ ਪੀਲੀਆਂ ਹੋਣ ਲੱਗ ਪਈਆਂ ਨੇ ਜਾਂ ਜਿੱਥੇ ਆਪਣਾ ਝੋਨਾ ਪਕਾਈ ਵੱਲ ਤੁਰ ਪਿਆ ਉੱਥੇ ਸਪਰੇਅ ਕਰਨ ਦੀ ਕੋਈ ਲੋੜ ਨਹੀਂ। ਜਾਂ ਮੋਟੀ ਜਿਹੀ ਗੱਲ ਇਹ ਕਰ ਲਈਏ ਵੀ ਜਿੱਥੇ 15 ਕੁ ਦਿਨਾਂ ਦੇ ਵਿੱਚ ਝੋਨਾ ਵੱਢਿਆ ਜਾਣਾ ਉੱਥੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈ। ਪਰ ਜਿੱਥੇ ਅਜੇ ਝੋਨਾ ਮਿਲਕ ਸਟੇਜ ਜਾਂ ਇਸ ਤੋਂ ਪਿਛਲੀਆਂ ਸਟੇਜਸ ਦੇ ਉੱਪਰ ਹੈ, ਜਿਹਨੂੰ ਆਪਾਂ ਦੁੱਧ ਵਾਲੀ ਸਟੇਜ ਜਾਂ ਉਦੋਂ ਪਿਛਲੀਆਂ ਸਟੇਜਾਂ ਨੇ ਪਰਾਗਣ ਅਤੇ ਨਿਸ਼ੇਚਨ ਦੀਆਂ, ਉੱਥੇ ਸਪਰੇਅ ਜ਼ਰੂਰ ਕਰੋ। ਅਤੇ ਸਪਰੇਆਂ ਦੇ ਵਿੱਚ ਬਹੁਤ ਸਾਰੇ ਟੈਕਨੀਕਲ ਆਪਣੇ ਕੋਲ ਹੈਗੇ ਨੇ, ਜਿਹੜੇ ਕੈਮੀਕਲ ਕੰਪੋਜੀਸ਼ਨ ਆਪਾਂ ਪਿਛਲੇ ਸਾਲਾਂ 'ਚ ਕਰਦੇ ਆ ਰਹੇ ਹਾਂ ਉਹਨੂੰ ਇਸ ਵਾਰੀ ਬਦਲ ਕੇ ਕਰ ਲਓ। ਵੱਡੇ ਬ੍ਰਾਂਡਾਂ ਦੇ ਮਗਰ ਨਾ ਪਈਏ, ਇਸ ਤੋਂ ਛੁੱਟ ਉਹੀ ਕੈਮੀਕਲ ਕੰਪੋਜੀਸ਼ਨ ਆਪਾਂ ਨੂੰ ਜਿਹੜੀਆਂ ਕੋਪਰੇਟਿਵ ਔਰਗੇਨਾਈਜੇਸ਼ਨਸ ਨੇ ਜਿਵੇਂ ਇਫਕੋ ਹੋ ਗਈ, NFL ਹੋ ਗਈ, ਜਿਹੜੀਆਂ ਸਰਕਾਰੀ ਕੰਪਨੀਆਂ ਨੇ ਉਹਨਾਂ ਦੇ ਵਿੱਚ ਵੀ ਸੇਮ ਟੈਕਨੀਕਲ ਆਪਾਂ ਨੂੰ ਮਿਲ ਜਾਂਦੇ ਨੇ, ਤਾਂ ਆਪਾਂ ਉਹਨਾਂ ਦੀ ਵਰਤੋਂ ਕਰਕੇ ਆਪਣਾ ਖਰਚਾ ਵੀ ਬਚਾ ਸਕਦੇ ਹਾਂ ਅਤੇ ਆਪਣੇ ਫਸਲ ਦੀ ਚੰਗੀ ਰਾਖੀ ਵੀ ਕਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।